पंजाब च अज वक्-वक् थावां ते NIA वल्लों रेड की गई। जिला मुक्तसर साहब के इलाके मलोट के पिंड सरावा बोदला विखे चढ़दी सवेर NIA वल्लों रेड कर दी गई। NIA की 3 मैंबरी टीम वल्लों ये रेड सतनाम सिंह सत्ता के घर की गई ते घर की तलाशी ली गई ते सतनाम सिंह कोलो पुछगिछ भी की गई ते सतनाम सिंह दे किसान यूनियन नाल भी संबंध ने ते NIA वल्लों सतनाम सिंह होरां दे घर दे मोबाइल भी जब्त कर लिते गए। पता नहीं जी मैनूं तां किसे मामले दा भी 6 बजे तक सुते पए सां ते आण के रेड मार लई सारा घर जिहड़ा उह ब्लॉक करता आ सारे बैडरूमां च आण के पुलिस तैनात करती आ कुछ पंजाब पुलिस सी नाल कुछ NIA दी टीम सीगी ते आण के ते मैनूं क्वेश्चन करन लग गए आ ਤੁਸੀਂ ਕੀ ਕਰਦੇ ਕਿੱਥੇ ਆ ਮੋਬਾਈਲ ਤੁਹਾਡਾ ਫਲਾਣੇ ਨਾਲ ਕੀ ਸੰਬੰਧ ਆ ਉਹਦੇ ਨਾਲ ਕੀ ਸੰਬੰਧ ਹੈ ਮੈਂ ਕਿਹਾ ਸਾਡਾ ਕਿਸੇ ਨਾਲ ਕੋਈ ਸੰਬੰਧ ਨਹੀਂ ਹੈਗਾ ਤੁਹਾਡਾ ਬ੍ਰਦਰ UK ਮੈਂ ਕਿਹਾ ਹੈਗਾ ਆ ਮੈਂ ਕਿਹਾ ਪਿਛਲੇ ਮਹੀਨੇ ਆਇਆ ਸੀ ਅਤੇ ਕੱਲ੍ਹ ਉਹ ਗਿਆ ਵਾਪਸ ਅਤੇ ਮੈਨੂੰ ਕਹਿੰਦੇ ਤੁਹਾਡਾ ਕਿਸੇ ਨਾਲ ਕੋਈ ਸੰਬੰਧ ਮੈਂ ਕਿਸੇ ਨਾਲ ਕੋਈ ਸੰਬੰਧ ਨਹੀਂ ਗਾ ਅਤੇ ਮੈਨੂੰ ਕਹਿੰਦੇ ਸਰਚ ਕਰਨੀ ਹੈ ਅਤੇ ਨਾਲ ਸਾਡੇ ਪਿੰਡ ਦਾ ਚੌਂਕੀਦਾਰ ਵੀ ਸੀਗਾ ਕੁਛ ਟੀਮ ਇੱਥੋਂ ਸੀ ਪੰਜਾਬ ਪੁਲਿਸ ਦੀ ਮੈਂ ਕਰ ਲਓ ਸਰਚ ਸਾਰਾ ਸਮਾਨ ਸਲਪੁਲ ਜਿਹਾ ਕਰ ਗਿਆ ਅਤੇ ਕੁਛ ਮਿਲਿਆ ਹੈ ਨਹੀਂ ਗਾ ਅਤੇ 3-4 ਘੰਟੇ ਹਰਾਸਮੈਂਟ ਨੇ ਜਾਇਜ਼ ਕਰਕੇ ਹੁਣ ਚਲੇ ਗਏ। ਕੀ ਆਪਣਾ ਕੰਮ ਕੀ ਹੈ? ਮੇਰਾ ਮੋਬਾਈਲ ਲੈ ਗਏ ਨਾਲ ਖੇਤੀਬਾੜੀ ਬਿਲਕੁਲ ਜੀ ਬਿਲਕੁਲ। ਭਰਾ ਨੂੰ ਕਿੰਨੇ ਸਾਲ ਹੋ ਗਏ? ਭਰਾ ਨੂੰ 12 ਸਾਲ ਹੋ ਗਏ। ਕੀ ਕੋਈ ਲੈ ਗਿਆ, ਕੋਈ ਆਖਿਆ ਤੁਹਾਨੂੰ ਆਉਣ ਨੂੰ ਜਾਂ ਕੋਈ? ਨਹੀਂ ਨਹੀਂ ਕੋਈ ਗੱਲ ਨਹੀਂ ਕੀਤੀ ਮੇਰੇ ਨਾਲ ਤਾਂ, ਬਸ ਮੈਨੂੰ ਕਹਿੰਦੇ ਨੋਟਿਸ ਦੇ ਗਏ ਨੇ 1-7 ਤਰੀਕ ਨੂੰ ਦਿੱਲੀ ਮਿਲਵਾਉਣ ਕੇ। ਜਦੋਂ ਸਵੇਰੇ ਟੀਮ ਆਈ ਸੀਗੀ ਟੀਮ ਨੇ ਕੀ ਕਹਿ ਕੇ ਆਇਆ ਵੀ ਕਿਸ ਤਰ੍ਹਾਂ ਸੀ ਜਿਹੜੀ ਰੇਡ ਕਰਨੀ? ਕੁਛ ਦੱਸਿਆ ਨਹੀਂ ਪਹਿਲਾਂ ਤਾਂ, ਘੰਟਾ ਇੱਕ ਤਾਂ ਦੱਸਿਆ ਨਹੀਂਗਾ, ਘੰਟਾ ਇੱਕ ਤਾਂ ਉੱਥੇ ਸਾਨੂੰ ਬਹਾਲਿਆ ਵਾ, ਬੱਚੇ ਮੇਰੇ ਸਕੂਲ ਜਾਣਾ ਸੀ, ਮੈਂ ਕਿਹਾ ਵੀ ਤੁਸੀਂ ਨਜਾਇਜ਼ ਹਰਾਸਮੈਂਟ ਨਾ ਕਰੋ ਮੇਰੇ ਬੱਚੇ ਸਕੂਲ ਜਾਣਾ ਅਤੇ ਅਸੀਂ ਬੱਚੇ ਨੂੰ ਤਿਆਰ ਕਰਨ ਲੱਗ ਗਏ ਹਾਂ ਅਤੇ ਉਸ ਤੋਂ ਬਾਅਦ ਇੱਥੇ ਬਹਾਲਿਆ ਮੈਨੂੰ ਡਾਇਨਿੰਗ ਟੇਬਲ 'ਤੇ ਅਤੇ ਇੱਥੇ ਪੁੱਛਣ ਲੱਗ ਪਏ ਸਵਾਲ ਕਿੱਥੋਂ ਕੀ ਕਰ ਲਓ। ਉਹ ਤੋਂ ਬਾਅਦ ਵਿਸ਼ੇ ਦੱਸ ਜੀ ਕਹਿੰਦੇ ਵੀ ਤੁਹਾਡਾ ਕਿਸੇ ਨਾਲ ਕੋਈ ਸੰਬੰਧ ਕਿਸੇ ਜਥੇ ਵਜੋਂ, ਮੈਂ ਕਿਹਾ ਕਿਸੇ ਨਾਲ ਨਹੀਂ, ਕੋਈ ਜਥੇ ਨੂੰ ਸਵਾਲ ਨਹੀਂ ਗਾ। ਮੀਡੀਆ ਰਿਪੋਰਟਸ ਦੇ ਮੁਤਾਬਕ ਪੰਜਾਬ ਦੇ ਦੁਆਬਾ ਇਲਾਕੇ ਦੇ ਕਈ ਸ਼ਹਿਰਾਂ ਦੇ ਵਿੱਚ ਵੀ NIA ਵੱਲੋਂ ਰੇਡ ਕੀਤੀ ਗਈ ਹੈ ਅਤੇ ਲਗਾਤਾਰ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ NIA ਲਗਾਤਾਰ ਰੇਡ ਕਰ ਰਹੀ ਹੈ। ਕਈ ਮਹੀਨਿਆਂ ਤੋਂ ਇਹ ਸਿਲਸਿਲਾ ਜਾਰੀ ਹੈ। ਮੁਕਤਸਰ ਤੋਂ ਅਸ਼ਵਾਕ ਢੁੱਡੀ ਦੀ ਰਿਪੋਰਟ।